फ्रंट अफेयर ਦੇ ਕੁਝ ਕੁਐਸਚਨ ਨੇ ਜ਼ਰੂਰੀ ਨਹੀਂ ਹੈ ਜਿਹੜੇ ਕੁਐਸਚਨ ਮੈਂ ਕਰਾਵਾਂ ਉਹੀ ਐਗਜ਼ਾਮ ਵਿੱਚ ਆਣਗੇ ਪਰ ਹਾਂ ਇਹ ਪੋਸੀਬਲ ਹੈ ਕਿ ਜਿਹੜੀ ਇਨਫੋਰਮੇਸ਼ਨ ਇਹਦੇ ਵਿੱਚ ਸਟੈਮ ਵਿੱਚ ਜਾਂ ਆਪਸ਼ਨ ਵਿੱਚ ਜਾਂ ਇੰਪੋਰਟੈਂਟ ਮੈਂ ਅੰਡਰਲਾਈਨ ਕਰਦਾ ਹਾਂ ਉਹ ਹੈਲਪ ਕਰ ਸਕਦੀ ਹੈ ਤੁਹਾਡੇ ਕੁਐਸਚਨ ਨੂੰ ਸੋਲਵ ਕਰਨ ਵਿੱਚ ਹਾਂ ਫਰਸਟ ਹੈ ਵਟ ਇਜ਼ ਮਾਨਸ ਰੀਸੈਂਟਲੀ ਲਾਂਚਡ ਇਨ ਇੰਡੀਆ ਅ ਅਨਸਰ ਇਜ਼ ਦ ਹੈ ਟੋਲ ਫਰੀ ਨੈਸ਼ਨਲ ਐਂਟੀ ਨਾਰਕੋਟਿਕ ਹੈਲਪਲਾਈਨ ਹੂ ਲਾਂਚਡ ਦ ਮਾਨਸ Uh, इसकी फुल फॉर्म पूछी जा सकती है मादक पदार्थ निषेध असूचना केंद्र uh, एक पोर्टल है इसकी फुल फॉर्म हो सकती है लॉन्च uh, किसने किया नॉर्मली uh, असी uh, नरेंद्र मोदी वाल जावे लेकिन आंसर होएगा अमित शाह इंपॉर्टेंट क्वेश्चन नहीं है हाँ वो फुल फॉर्म पूछी जा सकती है व्हाट इज़ द टोल फ्री नंबर एसोसिएटेड विद द मानस पोर्टल फॉर सीकिंग एडवाइस ਔਨ ਦੀ ਐਡਿਕਸ਼ਨ ਐਂਡ ਰੀਹੈਬਿਲਿਟੇਸ਼ਨ ਹੁਣ ਜੇ ਇਸ ਸਟੈਮ ਨੂੰ ਤੁਸੀਂ ਅੱਛੀ ਤਰ੍ਹਾਂ ਪੜ੍ਹਦੇ ਹੋ ਤਾਂ ਇਹ ਜਾਣਕਾਰੀ ਤੁਹਾਨੂੰ ਮਿਲ ਜਾਂਦੀ ਹੈ ਇਹ ਜਾਣਕਾਰੀ ਹੋ ਸਕਦਾ ਹੈ ਕਿਸੇ ਕੁਐਸਚਨ ਨੂੰ ਸੋਲਵ ਕਰਨ ਵਿੱਚ ਹੈਲਪ ਕਰੇ ਸੋ ਰਾਈਟ ਆਨਸਰ ਹੈ 33 1933 ਅਸੀਂ ਸਨ ਜਿੱਦਾਂ ਯਾਦ ਕਰ ਸਕਦੇ ਹਾਂ ਉਸ ਤਰ੍ਹਾਂ ਯਾਦ ਰਹਿ ਜਾਏਗੇ ਵਾਟ ਇਜ਼ ਦੀ ਪ੍ਰਾਇਮਰੀ ਪਰਪਸ ਆਫ ਮਾਨਸ ਆਲਰੇਡੀ ਡਿਸਕਸ ਹੋ ਚੁੱਕਾ ਹੈ ਕਿ ਟੂ ਸੀਕ ਐਡਵਾਈਸ ਔਨ ਡੀ ਐਡਿਕਸ਼ਨ ਇਹ ਸੈਂਟਰਲ ਆਈਡੀਆ ਹੈ ਐਂਡ ਰੀਹੈਬਿਲਿਟੇਸ਼ਨ व विच मिनिस्ट्री इज रिस्पोंसिबल फॉर लॉन्चिंग द मानस पोर्टल असी क्योंकि एजुकेशन के क्वेश्चन है इसनों टिक कर सकते हैं पर राइट आंसर मिनिस्ट्री ऑफ होम अफेयर है ना राइट आंसर ये है विच अडिशनल सर्विस डज द मानस पोर्टल प्रोवाइड अपार्ट फ्रॉम अडवाइस ऑन डी एडिक्शन एंड रीहेबिटेन शेयर इनफॉमेन ऑन ड्रग ट्रैफिक जो ज्यादा फर्क नहीं है uh, जो डीडिक्शन है थे ड्रग शब्द है ड्रग ट्रैफिकिंग है uh, इसी गल है विच इंडियन गवर्नमेंट ऑफिशियल इज़ एसोसीएटड विद द लॉन्च ऑफ मानस पोर्टल होम मिनिस्टर पिछे आ चुका है एक तरह की रिपीटड इनफोमे है हु इन द थाने बोरीवाली ट्विन टनल प्रोजेक्ट इन मुंबई नरेंद्र मोदी इस इसते क्वेश्चन क्योंकि ये करंट मुद्दा है इसलिए इस चुकया है नैक्सट uh, है वट इज़ द विराट रामायण मंदिर इन बिहार ਉਸੋ ਇਹਦੇ ਵਿੱਚ ਵੀ ਇਹ ਇਨਫੋਰਮੇਸ਼ਨ ਹੈ ਬਿਹਾਰ ਵਿਰਾਟ ਰਾਮਾਇਣ ਮੰਦਿਰ ਇਨ ਵਿਵਹਾਰ ਇਹ ਆਪਸ਼ਨ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਸਟੇਟ ਵਿੱਚ ਹੈ ਜਾਂ ਕਿਸ ਜਗ੍ਹਾ ਤੇ ਹੈ ਐਕਸਪੈਕਟਡ ਟੂ ਬਿਕਮ ਉਹ ਕੀ ਬਣ ਸਕਦਾ ਹੈ ਲਾਰਜੈਸਟ ਐਜੂਕੇਸ਼ਨਲ ਇੰਸਟੀਟਿਊਟ బిਗੇਸਟ ਹਸਪੀਟਲ نو ਸੋ ਰਾਮਾਇਣਾ ਸਾਫ ਦਿਖਾਈ ਦੇ ਰਿਹਾ ਹੈ ਰਾਮਾਇਣਾ ਵਰਲਡ ਜੇ ਲਾਰਜੈਸਟ ਟੈਂਪਲ ਬਣਨ ਦੀ ਸੰਭਾਵਨਾ ਹੈ ਕਿ ਹੋ ਸਕਦਾ ਹੈ ਵਿਚ ਇਜ਼ ਸੰਵਿਧਾਨ ਹੱਤਿਆ ਦਿਵਸ ਆਬਜ਼ਰਵਡ ਫਾਰ ਇਹ ਬੜੀ ਯੂਨੀਕ ਚੀਜ਼ ਹੈ ਕਿ ਸੰਵਿਧਾਨ ਹੱਤਿਆ ਦਿਵਸ ਵੀ ਮਨਾਇਆ ਗਿਆ ਹੈ ਜਾਂ ਸ਼ੁਰੂ ਹੋਇਆ ਹੈ ਸੋ ਕਿਸ ਦੇ ਮਾਮਲੇ ਚ ਹੈ ਮਾਮਲਾ ਇਹ ਹੈ ਕਿ 1975 ਵਿੱਚ ਜਿਹੜੀ ਕਾਂਗਰਸ ਇਹ ਪੋਲਿਟੀਕਲ ਮਾਮਲਾ ਹੈ ਕਿਉਂਕਿ ਹੁਣ ਬੀਜੇਪੀ ਹੈ ਤੇ ਉਹ ਜੋ ਕਾਂਗਰਸ ਨੇ ਕੀਤਾ ਸੀ 1975 ਵਿੱਚ ਐਮਰਜੈਂਸੀ ਹੈ ਨਾ ਸੋ ਕਮੈਂਸੂਰੇਟਿੰਗ ਸੈਕਰੀਫਾਈਸ ਡਿਊਰਿੰਗ ਦਾ 75 ਐਮਰਜੈਂਸੀ ਉਸ ਨਾਲ ਸੰਬੰਧਿਤ ਮੁੱਦਾ ਹੈ ਰਾਈਟ ਆਨਸਰ ਇਹ ਹੈ ਹੂ ਅਨਾਉਂਸ ਦਾ ਆਬਜ਼ਰਵੈਂਸ ਆਫ ਸੰਵਿਧਾਨ ਹੱਤਿਆ ਦੇਵਸਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੀ ਕਰਨਗੇ ਵਿੱਚ ਵਿਲ ਸੰਵਿਧਾਨ ਹੱਤਿਆ ਦਿਵਸ ਵੀ ਅਬਜ਼ਰਵਡ ਐਨੂਲੀ ਕਿਸ ਦਿਨ ਹੋਏਗਾ ਦੇਖੋ 2 ਅਕਤੂਬਰ ਗਾਂਧੀ ਜਨਮ ਦਿਤੀ ਹੋਗੀ 26 ਜਨਵਰੀ 15 ਇਹ ਤਿੰਨੋਂ ਡਿਲੀਟ ਕਰ ਦੋ 25 ਜੂਨ ਕਿਉਂਕਿ ਕਰੰਟ ਅਫੇਅਰ ਕਰ ਰਹੇ ਹਾਂ ਸਾਨੂੰ ਬਿਲਕੁਲ ਨਜ਼ਦੀਕ ਦਾ ਜ਼ਿਆਦਾ ਪੁੱਛਿਆ ਜਾਂਦਾ ਹੈ 25 ਜੂਨ 25 5th ਜੂਨ ਹੂ ਇਨੌਗੁਰੇਟਡ ਇੰਡੀਆਜ਼ ਲੋਂਗੇਸਟ ਐਂਡ ਲਾਰਜੇਸਟ ਅਰਬਨ ਟਨਲ ਪ੍ਰੋਜੈਕਟ ਇਨ थाने बोरवाली पिछे ट्विन आ, गल की है टनल ऑन थर्टीन जुलाई टू थाउजेंड ट्वेंटी फोर किसने की प्राइम मिनिस्टर ऑफ इंडिया मिस्टर नरेंद्र मोदी वट इज़ एक्सपैक्टेड टू बेनीफिट ऑफ थाने सो uh, so इस टनल तो की uh, जड़ा है हेल्प मिलेगी और लाभ की होएगा रिड्यूसिंग द ट्रैवल टाइम इंपॉर्टेंट नहीं है नहीं पूछा जाएगा फिर भी रिड्यूसिंग ट्रैवल टाइम फ्रॉम जोड़ा एक घंटे होंगे बारह मिनट से हो जाएगा ਵਿਚ ਆਰਗੇਨਾਈਜੇਸ਼ਨ ਡਿਵੈਲਪ ਕਿਸ ਨੇ ਕੀਤਾ ਹੈ ਇਸ ਨੂੰ ਡਿਵੈਲਪ ਹਨ ਮੁੰਬਈ ਮੈਟਰੋਪੋਲੀਟਨ ਰੀਜਨ ਨਹੀਂ ਇੰਪੋਰਟੈਂਟ ਨਹੀਂ ਹੈ ਕੁਐਸਚਨ ਵਟ ਡਸ ਆਰਬੀਆਈ ਅਨਾਉਂਸ ਇੰਪੋਰਟੈਂਟ ਕੁਐਸਚਨ ਹੈ ਆਰਬੀਆਈ ਅਨਾਉਂਸ ਫਾਰ ਸਾਰਕ ਕੰਟਰੀਜ਼ ਫਾਰ ਦਾ ਪੀਰੀਅਡ ਆਫ ਹਨ 24 ਟੂ 27 ਇਹਦੇ ਚੋ ਰਾਈਟ ਆਨਸਰ ਨੀਚੇ ਦਿੱਤਾ ਹੈ ਰਿਵਾਈਜ਼ਡ ਫਰੇਮਵਰਕ ਔਨ ਕਰੰਸੀ ਸਵੈਪ ਅਰੇਂਜਮੈਂਟ ਇੰਪੋਰਟੈਂਟ ਕੀ ਹੈ ਇਹ ਜਿਹੜੀ ਚੀਜ਼ ਸਵੈਪ ਅਰੇਂਜਮੈਂਟ ਸਵੈਪ ਸ਼ਬਦ ਨੂੰ ਯਾਦ ਰੱਖਣਾ ਹੈ ਜੇ ਇਸ ਤੇ ਕੁਐਸਚਨ ਪੁੱਛਿਆ ਜਾਂਦਾ ਹੈ ਆਰਬੀਆਈ ਤੇ ਨਾਰਮਲੀ ਇਕਨੋਮਿਕ ਪਾਰਟ ਸਾਡਾ ਹੈ ਔਰ ਸਾਰਕ ਤੇ ਕੁਐਸਚਨ ਪੁੱਛੇ ਜਾਂਦੇ ਨੇ ਸੋ ਇੱਕ ਕੰਬਾਈਨਡ ਹੈ ਹੂ ਹੈ ਹੂ ਹੈਜ਼ ਅਪਰੂਵਡ ਦਾ ਰਿਵਾਈਜ਼ਡ ਕਰੰਸੀ ਸਵੈਪ ਫਰੇਮਵਰਕ ਫਾਰ ਸਾਰਕ ਕੰਟਰੀ ਰਿਜ਼ਰਵ ਬੈਂਕ ਆਫ ਇੰਡੀਆ ਉੱਤੇ ਵੀ ਸਟੇਮ

मार्केट नेक्स्ट क्वेश्चन है हु हैज बीन ऑनर्ड विद अ इंपोर्टेंट क्वेश्चन है विद द 12थ हुन पूछा जा सकता है किनवा विश्व हिंदी दी समन फॉर हर कंट्रीब्यूशन इन हिंदी लिटरेचर एंड फॉस्टरिंग टाई बिटवीन हिंदी एंड नेपाली लैंग्वेज सो ऑन अ ऑनर पूछा जा सकता है किनवा सी ओ पूछा जा सकता है uh, जेड़ा आंसर है इदे विच डॉक्टर उषा ਠਾਕੁਰ ਉਹਨਾਂ ਨੂੰ ਇਹ ਅਵਾਰਡ ਵਿੱਚ ਪੁੱਛਿਆ ਜਾ ਸਕਦਾ ਹੈ ਲੇਟਰ ਜਿਹੜਾ ਦਿੱਤਾ ਗਿਆ ਹੈ ਵੇਅਰ ਡਿਡ ਸ਼ਿਫਾਲੀ ਵਰਮਾ ਅਚੀਵ ਫਾਰ ਅ ਰਿਕਾਰਡ ਬ੍ਰੇਕਿੰਗ ਡਬਲ ਸੈਂਚਰੀ ਇਨ ਕ੍ਰਿਕਟ ਸੋ ਡਬਲ ਸੈਂਚਰੀ ਇਹ ਵੀ ਪੁੱਛਿਆ ਜਾ ਸਕਦਾ ਹੈ ਸ਼ਿਫਾ ਕਿਸ ਨੇ ਡਬਲ ਸੈਂਚਰੀ ਮਾਰੀ ਉੱਤਰ ਹੋਏਗਾ ਸ਼ਿਫਾਲੀ ਸ਼ਿਫਾਲੀ ਕਿੰਨੇ ਕਿੰਨੇ ਸਕੋਰ ਬਣਾਏ ਹਨ ਡਬਲ ਸੈਂਚਰੀ ਦੇ ਨਜ਼ਦੀਕ ਹੈ ਉੱਤਰ ਆ ਸਕਦਾ ਹੈ ਅੱਗੇ ਕੁਐਸਚਨ ਵੀ ਬਣਿਆ ਹੋਇਆ ਹੈ ਸੋ ਇਹ ਇਸ ਦਾ ਰਾਈਟ ਆਨਸਰ ਹੈ A A ਵਾਲਾ ਚਿਪੋਕਸ ਸਟੇਡੀਅਮ ਚਨਈ ਸੋ ਇਹ ਵੀ ਕੁਐਸਚਨ ਬਣਦਾ ਹੈ ਕਿ ਇਹ ਚਿਪੋਕਸ ਸਟੇਡੀਅਮ ਕਿੱਥੇ ਹੈ ਚਨਈ ਵਿੱਚ ਹਾਊ ਮੈਨੀ ਰਨਸ ਡਿਡ ਸ਼ਿਫਾਲੀ ਹੁਣ ਇਹਨੇ ਦੋ ਸੈਂਚਰੀ ਦੀ ਗੱਲ ਕੀਤੀ ਹੈ ਇਟ ਮੀਨਸ ਇਹ ਕੁਐਸਚਨ ਆਨਸਰ ਨਹੀਂ ਹੋਏਗਾ ਆਨਸਰ ਨਹੀਂ ਹੋਏਗਾ ਸ਼ਿਫਾਲੀ ਨੇ ਸਕੋਰ ਕਿੰਨੇ ਬਣਾਏ ਇਨਿੰਗਸ ਅਗੇਂਸਟ ਸਾਊਥ ਅਫਰੀਕਾ ਸੋ ਇਹ ਦੋ ਰਿਜੈਕਟ ਹੋ ਜਾਂਦੇ ਨੇ ਇਹ ਬਿਲਕੁਲ ਨਜ਼ਦੀਕ ਹੈ 205 ਰਨ ਬਣਾਏ ਵਟ ਰਿਕਾਰਡ ਡਿਡ ਸ਼ਿਫਾਲੀ ਵਰਮਾ ਬ੍ਰੇਕ ਡਿਊਰਿੰਗ ਹਰ ਇਨਿੰਗਸ ਉਸਨੇ ਕਿਹੜਾ ਹਾਈਐਸਟ ਇੰਡੀਵਿਜੂਅਲ ਸਕੋਰ ਬਾਈ ਇੰਡੀਅਨ ਔਮਨ ਇਨ ਟੈਸਟ ਰਾਈਟ ਆਨਸਰ ਹੈ नेक्स्ट है who विल uh, represent इंडिया एट एनुअल समिट ऑफ Shanghai कॉरपोरेशन ऑरगनाइजे इसकी फुल फॉर्म पूछी जा सकती है Shanghai Corporation ऑरगनाइजे इंपॉर्टेंट क्वेश्चन है कितने होनी है uh, अस्टाना ਔਰ ਕਿਸ ਨੇ ਰਿਪਰੈਜ਼ੈਂਟ ਕਰਨਾ ਹੈ ਇਸ ਸਮਿਟ ਸੋ ਐਕਸਟਰਨਲ ਅਫੇਅਰ ਮਿਨਿਸਟਰ ਜਿਹੜੇ ਨੇ ਪ੍ਰਾਈਮ ਮਿਨਿਸਟਰ ਨਹੀਂ ਹੋਣਗੇ ਇਹ ਸ਼ਾਇਦ ਇਸੇ ਲਈ ਇਹ ਨਿਊਜ਼ ਵਿੱਚ ਸੀ ਜੇ ਐਕਸਟਰਨਲ ਅਫੇਅਰ ਮਿਨਿਸਟਰ ਪੁੱਛਿਆ ਜਾਂਦਾ ਹੈ ਨਾਰਮਲੀ ਐਜੂਕੇਸ਼ਨ ਮਿਨਿਸਟਰੀ ਪੁੱਛਿਆ ਜਾਂਦਾ ਹੈ ਫਾਈਨੈਂਸ ਜਾਂ ਡਿਫੈਂਸ ਇਸ ਤਰ੍ਹਾਂ ਦੇ ਪਰ ਇੱਥੇ ਆਨਸਰ ਹੈ ਜੈ ਸ਼ੰਕਰ ਹੂ when the sco shanghai corporation organization summit was held in astana uh, so june ch july sare july wale han kadon hui 3 4 july nu nahi puchya jayega what are main topic expected to be discussed as sco shanghai uh, corporation organization summit climate change ka keda hai answer hai regional security connectivity and ਟ੍ਰੇਡ ਸੋ ਇਹ ਯਾਦ ਰੱਖਣਾ ਪਏਗਾ ਸਿਕਿਉਰਿਟੀ ਨਾਲ ਐਸ ਸੀਓ ਨੂੰ ਜੋੜ ਸਕਦੇ ਹੋ origional ਸਿਕਿਉਰਿਟੀ ਸੀ ਹੈ ਸੀ ਨਾਲ ਕਨੈਕਟੀਵਿਟੀ ਨੂੰ ਜੋੜ ਸਕਦੇ ਹੋ ਅ ਅੱਗੇ ਚੱਲਦੇ ਹਾਂ ਵੇਅਰ ਡਸ ਦਾ ਉੱਤਰ ਪ੍ਰਦੇਸ਼ ਗਵਰਨਮੈਂਟ ਪਲਾਨ ਟੂ ਐਸਟੈਬਲਿਸ਼ ਬਾਇਓਪਲਾਸਟਿਕ ਪਾਰਕ ਹੁਣ ਬਾਇਓਪਲਾਸਟਿਕ ਪਾਰਕ ਕੇ ਇਹ ਜਿਹੜਾ ਇੰਪੋਰਟੈਂਟ ਬਣਾ ਰਿਹਾ ਹੈ ਇਸ ਨੂੰ ਸੋ ਕੌਣ ਕਰ ਰਿਹਾ ਹੈ ਇਹ ਪੁੱਛਿਆ ਜਾ ਸਕਦਾ ਹੈ ਬਾ ਇੰਡੀਆ ਚ ਉੱਤਰ ਪ੍ਰਦੇਸ਼ ਆਏਗਾ ਉੱਤਰ ਪ੍ਰਦੇਸ਼ ਦੇ ਵਿੱਚ ਕਿੱਥੇ ਹੈ ਉਹ ਲਖੀਮਪੁਰ ਅ ਇਹ ਆਨਸਰ ਖੇਰੀ ਲਖੀਮਪੁਰ ਖੇਰੀ ਵਾਟ ਇਜ਼ ਪ੍ਰਾਇਮਰੀ ਆਬਜੈਕਟਿਵ ਆਫ ਸੈਟਿੰਗ ਅਪ ਬਾਇਓਪਲਾਸਟਿਕ ਪਾਰਕ ਇਨ ਲਖੀਮਕੁੰਗਪੁਰ ਖੇਰੀ ਜੇ ਇਸ ਸਟੈਮ ਨੂੰ ਤੁਸੀਂ ਪੂਰਾ ਪੜਦੇ ਹੋ ਤਾਂ 1 2 3 ਕੁਐਸਚਨ ਵਿੱਚੋਂ ਬਣਦੇ ਨੇ ਐਡਰੈਸਿੰਗ এনवायरमेंटल ਕਨਸਰਨ ਜੋ ਬਾਇਓਪਲਾਸਟਿਕ ਆ ਰਿਹਾ ਹੈ ਤੇ ਨੇਚਰਲੀ ਹੈ ਕਿ ਐਨवायरमेंटਲ ਕਨਸਰਨ ਨਾਲ ਬਣ ਰਿਹਾ ਹੈ ਆਨਸਰ ਹਾਊ is the bioplastic park expected to benefit the local economy uh, by creating employment opportunities a zyada deep question hai wese nahi pucha jayega when is national statistic day celebrated in india mo inna vichon sab to top de important question hai jo hai answer hai 29 june yaad hi karna payega statistic day nu june 29 na jodna hai tak koi ਸਟੈਟਿਸਟਿਕ A ਨੂੰ ਜੋੜ ਸਕਦੇ ਹਾਂ 29 ਨਾਲ ਇਸ ਤਰ੍ਹਾਂ A ਨੂੰ ਜੇ ਜੋੜਨਾ ਹੈ ਸਟੈ ਇਸ ਨੂੰ 29 ਬਣਾ ਲਓ ਬਸ ਯਾਦ ਰਹਿ ਸਕਦਾ ਹੈ ਹੂ ਇਜ਼ ਆਨਰਡ ਔਨ ਨੈਸ਼ਨਲ ਸਟੈਟਿਸਟਿਕ ਡੇ ਅ ਪ੍ਰੋਫੈਸ਼ਨਲ ਪ੍ਰੋਫੈਸਰ ਪ੍ਰਸ਼ਾਂਤਾ ਚੰਦਰਾ ਰਾਈਟ ਆਨਸਰ ਹੈ ਅ ਨੈਕਸਟ ਚਲਦੇ ਹਾਂ ਇੰਪੋਰਟੈਂਟ ਕੁਐਸਚਨਸ ਇਹ ਵੀ ਵਾਟ ਇਜ਼ ਦੀ ਥੀਮ ਆਫ ਨੈਸ਼ਨਲ ਸਟੈਟਿਸਟਿਕ ਡੇ ਸਟੈਟਿਸਟਿਕ ਡੇ ਤੋਂ ਮੈਂ ਯਾਦ ਰੱਖਾ ਹੈ ਡਿਸੀਜਨ 메ਕਿੰਗ ਡਾਟਾ ਨੂੰ ਡਿਸੀਜਨ 메ਕਿੰਗ ਲਈ ਯੂਜ਼ ਕਰਨਾ ਵਾਟ ਇੰਸਟੀਟਿਊਸ਼ਨ ਡਿਡ ਇੰਪੋਰਟੈਂਟ ਨਹੀਂ ਹੈ ਜਿਹੜੇ ਅਵਾਰਡ ਜਿਹਨਾਂ ਨੂੰ ਮਿਲਿਆ ਹੈ ਪ੍ਰਸ਼ਾਂਤਾ ਚੰਦਰਾ ਨੂੰ ਉਹ ਕਿਹੜੀ ਇੰਸਟੀਟਿਊਟ ਤੋਂ ਨੇ ਇੰਡੀਅਨ ਸਟੈਟਿਸਟਿਕਲ ਇੰਸਟੀਟਿਊਟ ਆਈਐਸਆਈ Uh, who has been appointed a, a important question as a new head coach in indian cricket team sachin nahi hai rahul dravid purane si gautam gambhir is right answer agge question aa sakda hai aaya hai paya hai ki kisnu replace kita gaya rahul dravid nu Uh, prior to becoming the head coach, Gautam Gambhir was known for his role in Indian cricket team as fast bowler, spin cricket, proper op opening batsman. ਰਾਈਟ right ਆਨਸਰ Who did Gautam Gambhir replace as head ਹੈ ਨਾ ਆਨਸਰ ਦੱਸ ਚੁੱਕੇ ਆ ਪਿੱਛੇ ਰਾਹੁਲ ਦਰਾਵੜ ਦੀ ਜਗ੍ਹਾ ਤੇ ਉਹ ਆਏ ਨੇ ਐਸ ਆਫ ਲੇਟੈਸਟ ਨਿਊਜ਼ ਵਿਚ ਆਫ ਦੀ ਫਾਲੋਇੰਗ ਇਜ਼ ਨੋਟੇਬਲ ਅਚੀਵਮੈਂਟ ਆਫ ਗੌਤਮ ਗੰਭੀਰ ਇਨ ਹਿਸ ਕ੍ਰਿਕਟ ਕੈਰੀਅਰ ਆਨਸਰ ਹੈ ਸਕੋਰਿੰਗ ਸੈਂਚਰੀਜ਼ ਇਨ ਵਰਲਡ ਕੱਪ ਫਾਈਨਲ ਸਕੋਰਿੰਗ ਨੈਕਸਟ ਹੈ ਦੈਟ ਇਜ਼ ਆਲ ਕੁਝ ਕਰੰਟ ਅਫੇਅਰ ਤੁਹਾਡੀ ਡਿਮਾਂਡ ਤੇ ਸੀ ਥੈਂਕ ਯੂ